पाकिस्तान पंजाब दे विच्चों अड होया करके साडे लोकां नूं पाकिस्तान नाल मोह बहुत ज़्यादा है। अज मैं तुहानूं दसदा वी पाकिस्तान बाकी देशां नालों भारत नालों इन्ना पिछे क्यों रह गया, इत्थों तक कि बंगलादेश तो भी पिछे रह गया, नेपाल वर्ग देशों तो भी पिछे रह गया और कई अफरीका दे जिहड़े गरीब देश आ उन्हां तो भी पिछे रह गया। पिछले दिनों दे विच जिवें उत्थे बिजली दी किल्लत सी, बिजली भी नहीं पूरी सी और जिहड़ा कणक दा जिहड़ा स्टॉक सी उह भी खत्म हो गया सी। जिहड़े कोई भी देश आपदे लई जिहड़े पैसे रिजर्व करके रखदा उह भी सिर्फ 3 बिलियन रह गए सीगे। अजिहा पाकिस्तान दे विच क्यों होया? असल दे विच पाकिस्तान दी गवर्नमेंट दा कोई कंट्रोल नहीं हैगा। मैं शुरू तो गल दसदा, जदों वंड होई सीगी तो एक हिस्सा वन थर्ड किवें कह दईए, मैं किवें दसां बई जे तीन चीज़ा है एको जिहियां तो एक चीज़ पाकिस्तान नूं, दो हिस्से भारत नूं। इस तरह ही आर्मी वंडी गई सी, इस तरह ही जिहड़ा कुल जिहड़ी संपत्ति सीगी उहदा जिहड़ा 1/3 उहनूं मिलिया सीगा पाकिस्तान नूं सब चीज़ां दा। तां जदों पैसों की गल आई, गांधी ने उदों कहदे वी हजे इहनां नूं पैसे पूरे ना दिओ, जे इह अपने विरोधी इहनां ने करने आ बाद दे विच आपदी आर्मी नूं करके अपने ते हमला करना, उहनूं इह डर सी ते इही होया सी बाद दे विच। ਤਾਂ ਸਾਰਾ ਕੁਛ ਜਿਵੇਂ ਕਹਿ ਦਈਏ ਵਨ ਥਰਡ ਉਹਨਾਂ ਨੂੰ ਪਾਕਿਸਤਾਨ ਨੂੰ ਦਿੱਤਾ ਵੰਡਮਾ, ਵੀ ਕੋਈ ਉਹਦੇ ਵਿੱਚ ਰੱਖਿਆ ਨਹੀਂ ਹੈਗਾ ਵੀ ਉਹਨਾਂ ਨੂੰ ਕੁਛ ਘੱਟ ਮਿਲਿਆ ਹੋਊਗਾ। ਤਾਂ ਅੱਗੇ ਕੀ ਹੋਇਆ, ਉਹ ਜਿਹੜੇ ਉੱਥੋਂ ਜਾਣੀ ਕਿ ਸਾਰੇ ਅਧਿਕਾਰ ਚਲੇ ਗਏ ਆਰਮੀ ਦੇ ਕੋਲ, ਉਹਨਾਂ ਨੇ ਆਰਮੀ ਜ਼ਿਆਦਾ ਸਟਰੋਂਗ ਕਰਨ 'ਤੇ ਇਹ ਰੱਖਿਆ ਵੀ ਕਿਸੇ ਵੀ ਦੇਸ਼ ਦੀ ਜੀ ਡੀ ਪੀ ਦਾ ਹੈ ਨਾ ਉਹ 15% ਆਪਦੇ ਜੀ ਡੀ ਪੀ ਦਾ ਆਰਮੀ ਨੂੰ ਦਿੰਦੇ ਆ ਵੀ ਆਪਦੀ ਆਰਮੀ ਨੂੰ ਸਟਰੋਂਗ ਕਰੋ, ਆਰਮੀ ਨੂੰ ਮਜ਼ਬੂਤ ਕਰੋ, ਆਰਮੀ ਦੇ ਕੋਲ ਆਧੁਨਿਕ ਹਥਿਆਰ, ਆਰਮੀ ਹੀ ਸਟਰੋਂਗ ਕਰਨ 'ਤੇ ਉਹਨਾਂ ਦਾ ਜ਼ੋਰ ਸੀਗਾ। ਤਾਂ ਉਦੋਂ ਜਦੋਂ ਵੰਡ ਹੋਈ ਆ, ਸੋਵੀਅਤ ਜਿਹੜਾ ਸੋਵੀਅਤ ਯੂਨੀਅਨ ਸੀ ਜਿਹਨੂੰ ਅੱਜ ਰਸ਼ੀਆ ਕਹਿ ਦਿੰਦੇ ਆ, ਉਹਦੀ 'ਤੇ ਅਮਰੀਕਾ ਦੀ ਦੁਸ਼ਮਣੀ ਪੂਰੀ ਜ਼ੋਰਾਂ 'ਤੇ ਚੱਲਦੀ ਸੀਗੀ। ਤਾਂ ਪਾਕਿਸਤਾਨ ਇੱਕ ਅਜਿਹੀ ਲੋਕੇਸ਼ਨ ਸੀ ਜਿੱਥੋਂ ਕਿ ਉਹਨਾਂ ਨੂੰ ਜੰਗ ਲੜਨੀ ਸੌਖੀ ਸੀ ਉਹਨਾਂ ਨਾਲ। ਤਾਂ ਅਮਰੀਕਾ ਕੀ ਕਰਦਾ ਸੀਗਾ, ਅਮਰੀਕਾ ਨੇ ਪਾਕਿਸਤਾਨ ਨਾਲ ਯਾਰੀ ਨਿਭਾਈ ਉਦੋਂ ਕਿ ਅਮਰੀਕਾ ਉਹਨੂੰ ਫੰਡ ਦਿੰਦਾ ਸੀ ਪਾਕਿਸਤਾਨ ਨੂੰ ਹਰ ਸਾਲ, ਜਾਣੀ ਕਿ ਉਹਨੂੰ $1.5 ਬਿਲੀਅਨ ਉਹਨੂੰ ਫੰਡ ਇਸ ਕਰਕੇ ਦਿੰਦਾ ਸੀਗਾ। ਅਮਰੀਕਾ ਕਿਸੇ ਵੀ ਦੇਸ਼ ਨਾਲ ਸਿੱਧੀ ਲੜਾਈ ਨਹੀਂ ਲੈਂਦਾ ਸੀਗਾ, ਉਹ ਕਿਸੇ ਤੋਂ ਲੜਵਾਉਂਦਾ ਸੀਗਾ, ਜਿਵੇਂ ਅੱਜ ਕੱਲ੍ਹ ਰੂਸ ਵੀ ਕਰ ਰਿਹਾ ਹੈਗਾ। ਸੀਰੀਆ ਦੇ ਜਿਹੜੇ ਸੋਲਜਰ ਉਹਨਾਂ ਨੂੰ ਹਾਇਰ ਕਰਕੇ ਪੈਸਿਆਂ 'ਤੇ ਉਹਨੂੰ ਯੂਕਰੇਨ ਦੇ ਵਿਰੁੱਧ ਲੜਾ ਰਿਹਾ ਹੈਗਾ। ਇਵੇਂ ਅਮਰੀਕਾ ਉਹਨਾਂ ਨੇ ਮੁਜਾਹਿਦੀਨ ਜਿਹੜੇ ਹਾਇਰ ਕੀਤੇ ਉਹਨਾਂ ਨੂੰ ਪੈਸੇ ਦਿੰਦੇ ਸੀਗੇ, ਫੰਡਿੰਗ ਜਾਂਦੀ ਸਾਰੀ ਪਾਕਿਸਤਾਨ ਨੂੰ, ਪਾਕਿਸਤਾਨ ਦੀ ਜਿਹੜੀ ਆਰਮੀ ਸੀ ਉਹਨਾਂ ਨੂੰ ਟ੍ਰੇਨਡ ਕਰਦੀ ਸੀਗੀ ਸੋਵੀਅਤ ਯੂਨੀਅਨ ਦੇ ਖਿਲਾਫ, ਜਾਣੀ ਕਿ ਰਸ਼ੀਆ ਦੇ ਖਿਲਾਫ ਲੜਨ ਦੇ ਲਈ। ਤਾਂ ਬਹੁਤ ਸਾਰੇ ਪਾਕਿਸਤਾਨ ਜਾਣੀ ਕਿ ਇੱਕ ਟ੍ਰੇਨਿੰਗ ਕੈਂਪ ਸੀਗਾ ਜਿੱਥੇ ਆਰਮੀ ਨੂੰ ਟ੍ਰੇਨਡ ਕੀਤਾ ਜਾਂਦਾ ਸੀਗਾ, ਅੱਤਵਾਦੀਆਂ ਨੂੰ ਟ੍ਰੇਨਡ ਕੀਤਾ ਜਾਂਦਾ ਸੀਗਾ ਅਤੇ ਸੋਵੀਅਤ ਯੂਨੀਅਨ ਨਾਲ ਰੂਸ ਦੇ ਨਾਲ ਲੜਨ ਦੇ ਲਈ ਉਹਨਾਂ ਨੂੰ ਭੇਜਿਆ ਜਾਂਦਾ ਸੀਗਾ। ਤਾਂ ਜਦੋਂ ਵਾਰ ਖਤਮ ਹੋਈ ਇਹ ਹੈ ਨਾ, ਵਾਰ ਜਦੋਂ ਹੋ ਗਈ ਖਤਮ, ਫਿਰ ਹੁਣ ਉਹਨਾਂ ਨੂੰ ਪੈਸਾ ਕਿੱਥੋਂ ਆਉਣਾ ਸੀਗਾ ਪਾਕਿਸਤਾਨ ਨੂੰ, ਕਿਉਂਕਿ ਉਹ ਜਦੋਂ ਉਹ ਐਡ ਮਿਲਦੀ ਹੁੰਦੀ ਸੀਗੀ ਪਾਕਿਸਤਾਨ ਨੂੰ, ਫੰਡ ਮਿਲਦੇ ਹੁੰਦੇ ਸੀ ਅਮਰੀਕਾ ਵੱਲੋਂ, ਤਾਂ ਉਹਦੇ ਸਿਰ 'ਤੇ ਉਹਨਾਂ ਦੇ ਜਿਹੜੀ ਇਕੋਨਮੀ ਚੱਲਦੀ ਸੀ ਪਾਕਿਸਤਾਨ ਦੀ। ਤਾਂ ਇੱਥੇ ਕਿ ਉਦੋਂ ਭਾਰਤ ਜਾਂ ਬੰਗਲਾਦੇਸ਼ ਕਹਿ ਲਓ, ਇਹ ਹੌਲੀ ਹੌਲੀ ਕਰਕੇ ਗਰੋ ਕਰਦੇ ਸੀਗੇ ਆਪਦੀ ਇੰਡਸਟਰੀ ਵਗੈਰਾ ਲਾ ਕੇ, ਚੀਜ਼ਾਂ ਐਕਸਪੋਰਟ ਕਰਕੇ, ਉਦੋਂ ਉਹ ਚੰਬੜਾ ਮਾਰਦਾ ਸੀਗਾ ਵੀ ਸਾਨੂੰ ਫੰਡਿੰਗ, ਸਾਨੂੰ ਐਡ ਬਹੁਤ ਜ਼ਿਆਦਾ ਮਿਲਦੀ ਆ। ਤਾਂ ਗਰੀਬ ਦੇਸ਼ ਤਾਂ ਹੋਰ ਵੀ ਬਹੁਤ ਆ, ਉਹਨਾਂ ਨੂੰ ਐਡ ਕਾਹਤੋਂ ਨਹੀਂ ਮਿਲਦੀਗੀ। ਜਦੋਂ ਅਮਰੀਕਾ ਨੇ ਐਡ ਦੇਣੀ ਬੰਦ ਕੀਤੀ, ਉਹ ਸਾਰੇ ਨਹੀਂ ਬੰਦ ਕੀਤੀ, ਹਾਲੇ ਵੀ ਐਡ ਉਹਨੂੰ ਮਿਲਦੀ ਸੀ ਉਦੋਂ, ਫਿਰ ਚਾਈਨਾ ਆ ਗਿਆ। ਚਾਈਨਾ ਨੇ ਇੰਡੀਆ ਨਾਲ ਰੱਖਣੀ ਸੀਗੀ, ਤਾਂ ਚਾਈਨਾ ਉਹਦੇ ਵਿੱਚ ਆਪਦਾ ਇੱਕ ਟਲਾਇਆ ਉਹਨੇ, ਹਾਲੇ ਵੀ ਉਹ ਚੱਲਦਾ ਗਾ। ਤਾਂ ਉਹ ਵਿੱਚ ਉਹਨੂੰ ਪੈਸੇ ਦਿੰਦਾ ਸੀ ਪਾਕਿਸਤਾਨ ਨੂੰ, ਉਹਨੇ ਵਾ ਪੈਸੇ ਮਿਲਦੇ ਸੀਗੇ ਚਾਈਨਾ ਵਾਲੇ। ਜਿਹੜੀ ਉਹਨਾਂ ਦੀ ਸਟ੍ਰੈਟਜੀ ਆ ਵੀ ਕਿਸੇ ਵੀ ਦੇਸ਼ ਵਿੱਚ ਆਪਦੇ ਕੰਟਰਕਸ਼ਨ ਕਰੋ, ਆਪਦਾ ਕੰਮ ਕਰੋ ਅਤੇ ਉਦੋਂ ਪੈਸੇ ਕਮਾ ਕੇ ਨਿਕਲ ਜਾਓ, ਅਤੇ ਉਵੇਂ ਦੀ ਉਵੇਂ ਰਕਮ ਰਹਿੰਦੀ ਸੀਗੀ। ਬਾਅਦ ਦੇ ਵਿੱਚ ਉਹ ਚੀਜ਼ ਜੇ ਨਾ ਪੈਸੇ ਮੁੜ ਜਾਣ ਕਿਸੇ ਦੇਸ਼ ਤੋਂ, ਤਾਂ ਉਹ ਚਾਈਨਾ ਦੀ ਹੋ ਜਾਂਦੀ ਸੀਗੀ, ਪਾਕਿਸਤਾਨ ਚਾਈਨਾ ਨੇ ਆਇਆ ਇਸਤੇਮਾਲ ਕੀਤਾ। ਤਾਂ ਜਦੋਂ ਹੁਣ ਟਰੰਪ ਬਣਿਆ ਸੀਗਾ, ਟਰੰਪ ਨੇ ਜਿਹੜੇ ਫੰਡ ਦਿੱਤੇ ਜਾਂਦੇ ਸੀਗੇ ਪਾਕਿਸਤਾਨ ਨੂੰ, ਉਹ ਕੱਟ ਕਰਤੇ, ਆਉਂਦੇ ਨਹੀਂ। ਤਾਂ ਹੁਣ ਪੈਸੇ ਕਿੱਥੋਂ ਆਉਣੇ ਸੀਗੇ? ਹੁਣ ਰਹਿ ਗਿਆ ਸੀ ਇਕੱਲਾ ਚਾਈਨਾ। ਪਾਕਿਸਤਾਨ ਨੇ ਕੋਈ ਨਹੀਂ ਇਹ ਚੀਜ਼ ਸੋਚੀ, ਮੈਂ ਉਦਯੋਗ ਖੜ੍ਹੇ ਕਰਾਂ ਆਪਦੀਆਂ ਚੀਜ਼ਾਂ ਲੈਣ ਦੇਣ ਕਰਕੇ, ਹੈ ਨਾ, ਸਰਕਾਰ ਨੂੰ ਮਜ਼ਬੂਤ ਕਰਕੇ ਵੀ ਲੋਕਾਂ ਨੂੰ ਕੋਈ ਫੈਸਿਲਿਟੀ ਮਿਲੇ। ਉਹ ਆਰਮੀ 'ਤੇ ਉਹਦਾ ਜ਼ੋਰ ਰਿਹਾ ਸ਼ੁਰੂ ਤੋਂ,
बहुत जड़े देश वो जिन्होंने लड़ाई लड़वानी होंगी ट्रेन करवाए आर्मी तो अतवादियों तो फिर वो अगे जाके लदेन भी अमरीका ने उन्होंने को तैयार करवाया आखिर वो फड़िया भी उत्थे गया। अच्छा जी फिर चाइना रह गया। चाइना चाइना तो हम सू पता ही फायदा लेंदा गा किसी भी चीज़ में फ्री नहीं दिता गा लोन दे के लोन के बदले उपदे वो प्रोजेक्ट लाई जाता गा। तो हूँ जदों की होया जो बिजली गई आ किसी पेमेंट का रौला पै गया तो चाइना ने जी आपके पावर प्लांट लाए थे वो बंद करते जिद करके पाकिस्तान के बच्चे पिछे जे बिजली मतलब जी चलाते पार्लीमेंट तक बिजली उन्होंने कट्टनी पैंती सी। तो कुल मिला के जाने कि पाकिस्तान की जी इकोनमी सी वो बार फंडा ते ही डिपेंडेंट सी। IMF तो 13 बार लोन लै चुका पाकिस्तान 13 बार तो एक भी बारी वापस नहीं दिता। हुण IMF हुंदा भी जदों किसी मतलब आपां 50 लोगों का ग्रुप होवे तो सारे वो 20% आपका पैसा जमा कर जो किसी ते मुसीबत आउंदी है तो पैसे उन्हूं मिल जांदे किसी भी एक देश नूं। तो वर्ल्ड बैंक का काम हुंदा जे किसी ने ग्रोथ वास्ते आपके पैसे वास्ते या इंडस्ट्री लाउण वास्ते वो हुंदा वर्ल्ड बैंक का काम। IMF मतलब कि कोई आपदा आ गई किसी देश से वो IMF वाले हुण उन्हूं लोन देंदे नहीं हैगे भी तुहाडा तां सारे पैसे ही तुहाडे आर्मी के बच्चे जाई जांदे आ। तो ये जोड़े फंड मिलते सी पाकिस्तान कुछ जोड़े मुजाहिदीन से कश्मीर के बाड़े जाता सी भी इंडिया नू भी खराब करो अफगानिस्तान नू भी खराब करो। तो जोड़े वह मुजाहिदीन जोड़े रूस के खिलाफ लड़ते सी उस समय उन्होंने बाद दे बनया तालिबान वो तालिबान बन के उन्हें कब्जा कर लिया अफगानिस्तान से। उस तो बाद फिर अमरीका ने एंट्री करके उन्होंने भजाता सी अमरीका दे अफगानिस्तान दे आपकी मन मर्जी वाला उत्थे बनाता प्रेजिडेंट। तो फिर जो अमरीका निकला तो दोबारा फिर कंट्रोल तालिबान के हाथ च आ गया। तो जिहड़ा भी ये पाकिस्तान जाने कि एक सपोर्ट बनया जिथे ट्रेनिंग होंगी आ ये मैं नहीं कहता गा ये जड़िया कुछ किताबा लिखिया गई जिहड़ा प्रवेश मुशर्रफ इंटरव्यू यूट्यूब ते हले भी पे आ मौजूद उदियां गल्लां सुन के ही मैं सोनू दसदा गा मैं आपका कुछ नहीं जोड़ रहा। बहुत सारिया किताबा पाकिस्तान के लिखिया जा चुकिया ये सारे मुद्दे पर जेडे जेडे मैं सोनू बोल के दसे जिन्हें क मैनू हुण याद रहे जाने कि मैं सुनिया पहला वो उन्होंने आडियो तो बाद मैं वीडियो बना के दस रहा गा। तो यही कारण रहे हुण तक कि पाकिस्तान की जी इकोनमी चली जाती सी हुण चारे पासों फंड एडा उडा बंद हो गई हुण जे कुछ करना पेगा पाकिस्तान आपके सिर पर आपका उद्योग खड़ा करना पेगा बाहरले देशों नाल व्यापार करना पेगा फिर वो इकोनमी चलूगी। हुण गल पाकिस्तान की गौरमेंट तो चाहती है भी भारत नाल व्यापार होवे पर उतों की आर्मी नहीं चाहती। आर्मी जो ही जे पोलिटिकल जाके इंडिया ना कोई डील सैन कर दिया तो वह हमला करवा देंगे भी दोवों देशों की कदम भी बने ना क्योंकि सारा कंट्रोल ही आर्मी को आर्मी उत्थे रियल स्टेट का काम कर दी आ फैक्ट्रियां चल दया आर्मी दियाँ मतलब समझ लो आर्मी का ही देश है एक तरह का। तो आर्मी जिन्हों चाहे उतों का PM बना जिन्हों चाहे सैट दिंदी है। हुण तक जिन्हें भी पाकिस्तान के प्रधानमंत्री बने हैं किसी ने 5 साल पूरे नहीं किए कई मर गए कई मरवा दे कई का तख्ता पलट करता यही कुछ होया हुण तक यह सिस्टम आ सारा पाकिस्तान का। जे किसी नहीं जानकारी हैगी तो वीडियो नू शेयर करके अगे दस दो। तो आ जड़िया है रेकमेंडेड बुक आ जड़ी लिंक आ जड़िया वीडियो नाल तुसी भेज सकते हैं भी ये चीज़ा इस हवाले तो बोलिया जा रही। ठीक है जी आप मिलते हैं नैक्सट वीडियो के देख रहे हैं प्रोजेक्ट विजडम।